ਸਤੋ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਗੋੜੀ ਉਰਵੀ ਕਵੀਰ ਜੀ ਇੱਕ ਓ ਅੰਕਾਰ ਸਤ ਗੁਰ ਪਰਸਾਦ ਜੈ ਕੋਸ਼ ਅਹਾ ਤਹਾ ਕਿਸ਼ਨਾਹੀ ਪਾਂਚ ਤਤ ਤੈ ਨਾਹੀ ਇਹੜਾ ਪਿੰਗਲਾ ਸੁਖ ਮਨ ਵਾਂਦੇ ਇਹ ਆਵਗਨ ਕਤ ਜਾਹੀ ਤਾਗਾ ਟੂਟਾ ਗगन ਬੇਨਸ ਗਿਆ ਤੇਰਾ ਬੋਲ ਤ ਕਹਾਂ ਸਮਾਈ ਇਹ ਸੰਸਾਰ ਮੋ ਕੋ ਅਨੰਦ ਨ ਬਿਆਪੈ ਮੋ ਕੋ ਕੋ ਨ ਕਹ ਸਮਝਾਈ ਰਹਾਉ ਜਹਿ ਵਰ ਭੰਡ ਪੈਂਦ ਤੈ ਨਹੀਂ ਰਚਨ ਹਾਰ ਤੈ ਨਹੀਂ ਜੋੜਨ ਹਾਰੋ ਸਦਾ ਅਤੀਤ ਇਹ ਕਾਹੀਐ ਕੈਸਾ ਮਾਹੀ ਜੋੜੀ ਜੁੜੈ ਨਾ ਤੋੜੀ ਟੋਟਾ ਜਬ ਲਗ ਹੋਏ ਬਿਨਾਸੀ ਕਾ ਕੋ ਠਾਕੁਰ ਕਾ ਕੋ ਸੇਵਕ ਕੋ ਕਾਹੂ ਕ ਜასი कहो कबीर लाग रही है जहाँ बस राती वहाँ का मरम ओहि पर जान ओ तो सदा अब नासी। कहो कबीर रही है ਜਹਾ ਬਸਦਨ ਰਾਤੀ ਉਹ ਕ ਮਰਮ ਓਹੀ ਪਰ ਜਨ ਓ ਤੋ ਸਦਾ ਅਵਨਾਸੀ ਪਰਮ ਸਤਕਾਰ ਜੋਗ ਗੁਰੂ ਪਿਆਰੇ ਗੁਰੂ ਸਵਾਰੇ ਗੁਰੂ ਰੂਪ ਸਤ ਸੰਗੀ ਜਨੋ ਵਰਡ ਭਾਗੇ ਹੋ ਜੋ ਚਬਰਸਾ ਤਰ ਤਖਤ ਦੇ ਮਾਲਕ ਲੋਕ ਪਰਲੋਕ ਦੇ ਸਹਾਇਕ ਨਮਾਣਿਆ ਨੂੰ ਮਾਣ ਬਖਸ਼ਣ ਵਾਲੇ ਨਿਆਸਰਿਆ ਨੂੰ ਆਸਰਾ ਬਖਸ਼ਣ ਵਾਲੇ ਕੋਲੇ ਆਲਮ ਪਤ ਤ ਪਾਵਨ ਭਗਤ ਅਵਸ਼ਾਲ ਸਦੀਵੀ ਕਾਲ ਤੱਕ ਰਹਣ ਵਾਲੇ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਰਾਜਾ ਨਰਾਜ ਜੋਗੋ ਜੋਗ ਟਲ ਗੁਰਤਾ ਗੱਦੀ ਤੇ ਬਰਾਜਮਾਨ ਹਾਜ਼ਰ ਹਜੂਰ ਜਹਰਾਜ ਹੋਰ ਸਰਬ ਕਲਾ ਪਰਪੂਰ ਸੰਜੀਵਾਲਤਾ ਦੇ ਰਹਿਬਰ ਰੋਹਾਨੀ ਅਤ ਦੇ ਪੰਡਾਰ ਦਸਾਂ ਗੁਰੂਆਂ ਦਾ ਆਤਮਕ ਸਰੂਪ ਪੂਰਨ ਗੁਰੂ ਸਹਿਬਾਨਾ ਜੀ ਦੇ ਚਰਨ ਕਮਲਾਂ ਦੇ ਪਾਸ ਬੈਠਣ ਦਾ ਸੁਭਾਗ ਸਮਾਪ੍ਰਾਪਤ ਹੋਇਆ ਹੈ। ਕੋਟ ਬਕੁੰਠਾ ਸਾਧ ਸਮਾਗਮ ਏਕ ਪਲਕ ਸੁਖ ਪਾਈ ਏਕ ਪਲਕ ਸੁਖ ਸਾਧ ਸਮਾਗਮ ਕੋਟ ਬਕੁੰਠਾ ਪਾਈ ਗੁਰੂ ਗਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਸਾਨੂੰ ਕੀ ਉਪਦੇਸ਼ ਦੇ ਰਹੀ ਹੈ? ਇੱਕ ਪਲਕ ਸਤ ਸੰਗਤ ਪ੍ਰਾਪਤ ਕਰਨ ਦੇ ਨਾਲ ਕਰੋੜਾਂ ਵੈਕੁੰਠਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਇਹ ਕਪਾਲਕ ਸੁਖ ਸਾਧ ਸਮਾਗਮ ਕੋਟ ਵੈਕੁੰਠ ਹੈ ਪਾਈ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਜੋ ਪੂਰਨ ਗੁਰੂ ਸਹਿਬਾਨਾ ਜੀ ਦੇ ਆਤ ਉੱਚੇ ਅਸਥਾਨਾਂ ਤੇ ਜੁੜਨਾ ਕੀਤਾ ਹੈ ਆਤ ਉੱਚਾ ਤਾਂ ਕਾ ਦਰਬਾਰਾ ਅੰਤ ਨਹੀਂ ਕਿਛੁ ਪਾਰਾ ਵਾਰਾ ਆਓ ਗੁਰੂ ਸਵਾਰਿਓ ਜੋ ਨਿਤਾ ਪਰਤੀ ਲੜੀ ਵਾਰ ਸ਼ਬਦ ਵਿਚਾਰ ਕਥਾ ਵਿਚਾਰ ਗੁਰੂ ਦੀਆਂ ਸੰਗਤਾਂ ਰਲ ਮਿਲ ਕੇ ਸਰਵਣ ਸਰਵਣ ਕਰਦੀਆਂ ਨੇ ਇਹ ਜੋ ਪਾਵਨ ਪਵਿੱਤਰ ਸ਼ਬਦ ਗੁਰੂ ਦੀਆਂ ਸੰਗਤਾਂ ਗੁਰੂ ਦੇ ਪਿਆਰਿਆਂ ਰਲ ਮਿਲ ਕੇ ਸਰਵਣ ਕੀਤਾ ਹੈ ਨਾ ਗੁਰੂ ਗ੍ਰੰਥ ਸਾਹਿਬ ਜੀ ਦੇ 334 ਅੰਗ ਤੇ ਰਾਗ ਗੋੜੀ ਪੂਰਬੀ ਸ਼੍ਰੋਮਣੀ ਭਗਤ ਕਬੀਰ ਜੀ ਦੇ ਮਖਾਰ ਵੰਤੋ ਉਚਾਰਣ ਕੀਤਾ ਗਿਆ ਹੈ। ਭਗਤ ਕਬੀਰ ਜੀ ਸਾਨੂੰ ਕੀ ਉਪਦੇਸ਼ ਦੇ ਰਹੇ ਨੇ? ਇੱਕ ਓੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਇੱਕ ਹੈ। ਸਤਗੁਰ ਪ੍ਰਸਾਦ ਸਤਗੁਰਾਂ ਦੀ ਕਿਰਪਾ ਮਿਹਰ ਦੇ ਨਾਲ ਪ੍ਰਾਪਤ ਹੁੰਦਾ ਹੈ। ਐਸਾ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਭਗਤ ਕਬੀਰ ਜੀ ਇੱਕ ਮਨ ਦਾ ਵਿਖਿਆਨ ਕਰ ਰਹੇ ਨੇ ਇਹ ਮਾਨ ਕੀ ਹੈ ਮਨ ਦੇ ਨਾਲ ਕਿਵੇਂ ਜੁੜਨਾ ਹੈ ਮਨ ਦੀ ਸਥਿਤੀ ਨੂੰ ਇਹ ਸ਼ਬਦ ਦੇ ਵਿੱਚ ਭਗਤ ਕਬੀਰ ਜੀ ਦੱਸਣਾ ਕਰ ਰਹੇ ਨੇ ਜਿਨ੍ਹਾਂ ਦਾ ਮਨ ਉਸ ਮਾਲਕ ਦੇ ਚਰਨਾਂ ਦੇ ਨਾਲ ਲੱਗ ਜਾਂਦਾ ਹੈ ਉਨ੍ਹਾਂ ਦੀ ਅਵਸਥਾ ਫਿਰ ਕੀ ਬਣਦੀ ਹੈ ਐਸ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਦੇ ਨਾਲ ਜੁੜਨ ਤੋਂ ਪਹਿਲਾਂ ਸਾਰੀਆਂ ਸੰਗਤਾਂ ਇਕਮਨ ਇਕਚੈਤ ਕਰਕੇ ਗੁਰਫਤੇ ਦੇ ਨਾਲ ਪਾਓ ਸਾਂਝ ਦੇਹੋ ਅਸੀਸ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਭਗਤ ਕਬੀਰ ਜੀ ਐਸ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਸਾਨੂੰ ਕਲਯੁਗੀ ਦੁਨਿਆਵੀ ਜੀਵਾਂ ਨੂੰ ਇਹ ਉਪਦੇਸ਼ ਦੇ ਰਹੇ ਨੇ ਜੈ ਕਸ਼ ਯਹਾਂ ਤਹਾਂ ਕੇਸ਼ ਨਹੀਂ ਪੰਜ ਤਤ ਤੈ ਨਹੀਂ ਇਹ ਮਨੁੱਖਾ ਸਰੀਰ ਪੰਜ ਪੌਦਿਕ ਤਤਾਂ ਦੇ ਨਾਲ ਸਿਰਜਿਆ ਗਿਆ ਹੈ ਜੇ ਪੰਜ ਤਤ ਇਹ ਸਰੀਰ ਨੂੰ ਪ੍ਰਾਪਤ ਹੋਏ ਨੇ ਤਾਂ ਸਰੀਰ ਹੈ ਭਗਤ ਕਵੀਰ ਜੀ ਦੱਸਣਾ ਕਰ ਰਹੇ ਨੇ ਇਹ ਜਿਹੜਾ ਮਨੁੱਖਾ ਸਰੀਰ ਦੇ ਸਾਨੂੰ ਪੰਜ ਤੱਤਾਂ ਦੇ ਨਾਲ ਉਸ ਮਾਲਕ ਨੇ ਬਕਸਸ ਕੀਤੀ ਹੈ ਇਹਦੇ ਵਿੱਚ ਇੱਕ ਮਨ ਵੀ ਹੈ ਮਾਨੇਕ ਪਾਣੀ ਦੇ ਝਰਨੇ ਦੀ ਨਿਆਈ ਹੈ ਜੈ ਤਰਾਂ ਹਰਨਾਂ ਦੇ ਵਿੱਚ ਦੇਖਦੇ ਆਂ ਪਾਣੀ ਦੇ ਝਰਨੇ ਚੱਲਣਾ ਕਰਦੇ ਨੇ ਉਹ ਲਗਾਤਾਰ ਨਰੰਤਰ ਦਿਨ ਰਾਤ ਚੱਲ ਰਹੇ ਹੁੰਦੇ ਦਿਨ ਦਾ ਸਮਾਂ ਹੋਵੇ ਰਾਤਰੀ ਦਾ ਸਮਾਂ ਹੋਵੇ ਉਹ ਪਾਣੀ ਦਾ ਵਿਹਾਵ ਉਸੇ ਤਰ੍ਹਾਂ ਚੱਲਦਾ ਰਹਿੰਦਾ ਹੈ ਰੁਕਣਾ ਨਹੀਂ ਕਰਦਾ ਇਹ ਮਨ ਵੀ ਐਸਾ ਹੈ ਜੈ ਸਰੀਰ ਦੇ ਵਿੱਚ ਪੰਜ ਤਤੋ ਸਮਾਲਕ ਨੇ ਬਖਸ਼ੇ ਇਹਦੇ ਵਿੱਚ ਇਹ ਸਬਦ ਦੇ ਵਿੱਚ ਮਨ ਕੀ ਕਰਦਾ ਹੈ ਮਨ ਨੂੰ ਕਿੱਥੇ ਜੋੜਨਾ ਹੈ ਭਗਤ ਕਬੀਰ ਜੀ ਦੱਸਣਾ ਕਰ ਰਹੇ ਨੇ ਮਨ ਇੱਕ ਐਸੀ ਚੀਜ਼ ਹੈ ਜੋ ਦਿਨ ਰਾਤ ਰੁਕਦਾ ਨਹੀਂ ਚੱਲਦਾ ਰਹਿੰਦਾ ਹੈ ਦਿਨ ਦਾ ਸਮਾਂ ਆਉਂਦਾ ਦਨ ਦੇ ਸਮੇਂ ਦੇ ਵਿੱਚ ਮਾਨ ਕਿਸੇ ਨੂੰ ਚੰਗਾ ਕਿਸੇ ਨੂੰ ਮਾੜ ਇਹ ਫੌਰਨੇ ਪੈਦਾ ਹੋ ਜਾਂਦੇ ਨੇ ਮਨ ਦੇ ਵਿੱਚ ਕਿਸੇ ਦੀ ਵਡਿਆਈ ਮਨ ਦੇ ਨਾਲ ਸੋਚਾਂ ਵਿਚਾਰਾਂ ਕਰਦਾ ਕਿਸੇ ਦੀ ਨਿੰਦਿਆ ਦਿਨ ਦਾ ਸਮਾ ਹੈ ਮਾਨ ਟਕਾ ਦੇ ਵਿੱਚ ਨਹੀਂ ਮਨ ਨਿਰੰਤਰ ਚੱਲ ਰਿਹਾ ਹੈ ਦਿਨ ਦੇ ਸਮੇਂ ਦੇ ਵਿੱਚ ਕਿਸੇ ਨੂੰ ਚੰਗਾ ਕਿਸੇ ਨੂੰ ਮਾੜਾ ਪਰ ਗੁਰੂ ਸਹਿਬਾਨਾ ਜੀ ਦੀ ਬਾਣੀ ਤਾਂ ਸਾਨੂੰ ਇਹ ਉਪਦੇਸ਼ ਦੇ ਰਹੀ ਹੈ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪੁਰਾਨ ਵਤ ਨਾਨਕ ਤਾਰਾ ਸੋਏ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਜਿਹੜੀਆਂ ਅੱਖਾਂ ਦੇ ਨਾਲ ਦੁਨੀਆ ਦੇ ਵਿੱਚ ਸਭ ਕੁਝ ਦੇਖਣਾ ਕਰਦਾ ਹੈ ਕਦੇ ਉਹਨਾਂ ਦੇ ਨਾਲ ਆਪਣੇ ਆਪ ਨੂੰ ਵੀ ਪੁੱਛਣਾ ਕਰ ਦੇਖਣਾ ਕਰ ਹਮ ਨਹੀਂ ਚੰਗੇ ਅਸੀਂ ਚੰਗੇ ਨਹੀਂ ਬੁਰਾ ਨਹੀਂ ਕੋਈ ਕੋਈ ਬੁਰਾ ਨਹੀਂ ਪਰ ਗੁਰੂ ਸਵਾਰਿਓ ਅਸੀਂ ਤੁਸੀਂ ਸਾਰੇ دنیਆਵੀ ਜੀਵ ਦਿਨ ਰਾਤ ਇਹ ਮਨ ਦੇ ਵਿੱਚ ਜੋ ਫੁਰਨੇ ਉੱਠਦੇ ਨੇ ਉਹਦੇ ਅਨੁਸਾਰ ਚੱਲਣਾ ਕਰਦੇ ਹਾਂ ਦਿਨ ਦਾ ਸਮਾਂ ਆਇਆ ਕਿਸੇ ਨੂੰ ਚੰਗਾ ਕਿਸੇ ਨੂੰ ਮਾੜਾ ਕਿਸੇ ਦੀ ਵਡਿਆਈ ਕਿਸੇ ਦੀ ਨਿੰਦਿਆ ਇਹਦੇ ਵਿੱਚ ਲੱਗਣਾ ਕਰਦੇ ਹਾਂ ਦਿਨ ਦਾ ਸਮਾਂ ਬੀਤ ਗਿਆ ਫੇਰ ਰਾਤਰੀ ਦਾ ਸਮਾਂ ਆਉਂਦਾ ਰਾਤ ਆਉਂਦੀ ਹੈ ਰਾਤ ਦੇ ਵਿੱਚ ਕੀ ਹੈ ਮਾਨ ਫੇਰ ਵੀ ਨਹੀਂ ਟਿਕਣਾ ਕਰਦਾ ਮਾਨ ਫੇਰ ਵੀ ਚੱਲ ਰਿਹਾ ਹੈ ਰਾਤ ਦੇ ਸਮੇਂ ਦੇ ਵਿੱਚ ਜਿਹੜਾ ਤਨ ਹੈ ਸਰੀਰ ਹੈ ਆਰਾਮ ਕਰਦਾ ਸੌਣਾ ਕਰਦੇ ਆਪਾਂ ਇਹ ਸਰੀਰ ਆਰਾਮ ਕਰ ਰਿਹਾ ਹੁੰਦਾ ਹੈ ਟਿਕਾ ਦੇ ਵਿੱਚ ਹੁੰਦਾ ਹੈ ਪਰ ਜਿਹੜਾ ਮਨ ਹੈ ਉਹ ਉਸ ਸਮੇਂ ਵੀ ਟਿਕਾ ਦੇ ਵਿੱਚ ਨਹੀਂ ਹੁੰਦਾ ਉਹ ਮਨ ਰਾਤ ਦੇ ਸਮੇਂ ਫਿਰ ਕਿਵੇਂ ਚੱਲਦਾ ਹੈ ਨਰਪਤਏਕ ਸੰਗਾਸਨ ਸੋਇਆ ਸੁਪਨ ਭਿਆਪੇਖਾਰੀ ਆਸਤ ਰਾਜ ਵਿਸ਼ਰਤ ਦੁੱਖ ਪਾਇਆ ਸੋ ਗਤ ਭਈ ਹਮਾਰੀ ਜੈਸਾ ਸੁਪਨਾ ਰੈਨਕਾ ਤੈਸਾ ਆਇਓ ਸੰਸਾਰ ਤਨ ਕਰਕੇ ਆਰਾਮ ਹੋ ਰਿਹਾ ਤਨ ਟਿਕਾ ਦੇ ਵਿੱਚ ਹੈ ਆਰਾਮ ਦੀ ਸਥਿਤੀ ਦੇ ਵਿੱਚ ਹੈ ਪਰ ਮਨ ਨਹੀਂ ਮਨ ਕੀ ਹੈ ਸੁਪਨਿਆਂ ਦੇ ਵਿੱਚ ਰਾਤ ਦੇ ਸਮੇ ਵੀ ਚੱਲ ਰਿਹਾ ਹੁੰਦਾ ਹੈ ਸੁਪਨੇ ਦੇ ਵਿੱਚ ਕਹਤੇ ਰਾਜਾ ਕਤੇ ਭਿਖਾਰੀ ਨਰਪਤੇਕ ਸੰਗਾਸਨ ਸੋਇ ਸੁਪਨੇ ਭਇਆ ਭਿਖਾਰੀ ਸੁਪਨਾ ਆਇਆ ਸੁਪਨੇ ਦੇ ਵਿੱਚ ਭਿਖਾਰੀ ਹੈ ਰਾਜਾ ਰਾਤਰੀ ਦਾ ਸਮਾ ਹੈ ਸੁਪਨਾ ਆਇਆ ਹੈ ਭਿਖਾਰੀ ਪਰ ਸੁਪਨੇ ਦੇ ਵਿੱਚ ਰਾਜਾ ਤਾਨ ਕਰਕੇ ਟਕਾ ਹੈ ਸਥਿਤੀ ਹੈ ਆਰਾਮ ਹੈ ਪਰ ਮਾਨ ਰਾਤਰੀ ਦੇ ਸਮੇਂ ਵੀ ਚੱਲ ਰਿਹਾ ਹੁੰਦਾ ਹੈ ਇਸੇ ਕਰਕੇ ਇਸ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਸ਼ਰੋਮਣੀ ਭਗਤ ਕਬੀਰ ਜੀ ਕੀ ਉਪਦੇਸ਼ ਦੇ ਰਹੇ ਨੇ ਜੈ ਕਸ਼ਾਹ ਤਹਾ ਕਿਸ਼ਨਾਹੀ ਪਾਂਚ ਤਤ ਤੈ ਨਾਹੀ ਐਸਾ ਮਨੁੱਖਾ ਸਰੀਰ ਦੇ ਵਿੱਚ ਇਹ ਮਨ ਦਿਨ ਰਾਤ ਪਾਣੀ ਦੇ ਝਰਨੇ ਵਾਂਗੂ ਚੱਲਣਾ ਕਰਦਾ ਹੈ ਟਿਕਦਾ ਨਹੀਂ ਪਰ ਜਿਨ੍ਹਾਂ ਦਾ ਮਨ ਉਸ ਮਾਲਕ ਦੇ ਚਰਨਾਂ ਦੇ ਨਾਲ ਉਹਦੇ ਨਾਲ ਜੁੜ ਜਾਵੇ ਨਾ ਫੇਰ ਉਹਨੂੰ ਫਿਰ ਗੁਰੂ ਸਵਾਰਿਓ ਚੇਤੇ ਰੱਖਣਾ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਨ ਆਈ ਨਾ ਫਿਰ ਕੋਈ ਬੈਰੀ ਨਜ਼ਰ ਆਉਂਦਾ ਤੇ ਨਾ ਕੋਈ ਬਗਾਨਾ ਸਾਰਿਆਂ ਦੇ ਵਿੱਚ ਉਹਦਾ ਹੀ ਰੂਪ ਦੇਖਣਾ ਕਰਦਾ ਹੈ ਵਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ 모ਹ ਪਾਈ ਜੈਸ ਮਨ ਦੇ ਵਿੱਚ ਦੁਨੀਆਂ ਦਾ ਮੋ ਦੁਨੀਆਂ ਦੀ ਲਾਲਸਾ ਸਾਥ ਸਬੰਧੀਆਂ ਦਾ ਸਨੇਹ ਮੈਂ ਮੇਰੀ ਦਾ ਵਾਸਾ ਹੁੰਦਾ ਹੈ ਜੈਸ ਮੰਨ ਦੇ ਵਿੱਚ ਅਨੇਕਾਂ ਪ੍ਰਕਾਰ ਦੇ ਫੁਰਨੇ ਫੁਟਣਾ ਕਰਦੇ ਨੇ ਬੁਰੇ ਕਾਮ ਕੋ ਉਠ ਕੋ ਲੋਇਆ ਨਾਮ ਕੀ ਵੇਲਾ ਪੈ ਪੈ ਸੋਇਆ ਬੁਰੇ ਖਿਆਲ ਪੈਦਾ ਹੁੰਦੇ ਨੇ ਪਰ ਜਿਨ੍ਹਾਂ ਦਾ ਮਾਨ ਉਸ ਮਾਲਕ ਦੇ ਚਰਨਾਂ ਦੇ ਨਾਲ ਲੈਬੋ ਦੇ ਨਾਲ ਜੁੜ ਜਾਵੇ ਨਾ ਫੇਰੇ ਜਿਹੜੀ ਦੁਨੀਆ ਦੀ ਮੋਹ ਮਮਤਾ ਹੈ ਮੈਂ ਮੇਰੀ ਦਾ ਵਾਸਾ ਹੈ ਸਾਗ ਸਬੰਧੀਆਂ ਦਾ ਸਨੇਹ ਹੈ ਜਿਹਦੇ ਵਿੱਚ ਰਹਿਣਾ ਕਰਦਾ ਹੈ ਇਹ ਸਭ ਆਪਣੇ ਆਪ ਦੂਰ ਹੋ ਜਾਂਦੀ ਹੈ ਕਹਿਰਵਦਾਸ ਸਭ ਜਗ ਲੂਟਿਆ ਹਮ ਤੋ ਏਕ RAM ਕੈ ਛੂਟਿਆ ਸਾਰਾ ਜਾਗਤ ਸਾਰੀ ਦੁਨੀਆ ਆਏ ਮੋਹ ਮਾਇਆ ਦੀ ਲਾਲਸਾ ਦੇ ਵਿੱਚ ਇਨ੍ਹਾਂ ਜੰਜਾਲਾਂ ਦੇ ਵਿੱਚ ਲੁੱਟੀ ਜਾ ਰਹੀ ਹੈ ਪਰ ਜਿਹਦੀ ਲਹਿਵ ਉਸ RAM ਦੇ ਨਾਮ ਦੇ ਨਾਲ ਲੱਗੀ ਨਾ ਫੇਰ ਉਹ ਇਨ੍ਹਾਂ ਸਾਰੇ ਬੰਦਨਾ ਤੋਂ ਛੁਟਣਾ ਕਰਦਾ ਹੈ ਕਹਿਰਵਦਾਸ ਸਭ ਜਗ ਲੂਟਿਆ ਸਾਰਾ ਜਗਤ ਸਾਰੀ ਦੁਨੀਆ ਐਸ ਮੰਦ ਦੇ ਮਗਰ ਮੰਦ ਦੇ ਵਿੱਚ ਜੋ ਖਿਆਲ ਪੈਦਾ ਹੁੰਦੇ ਨੇ ਉਹਨਾਂ ਦੇ ਨਾਲ ਲੱਗ ਕੇ ਐਸ ਦੁਨੀਆ ਦੇ ਚੰਝੇਲੇ ਦੇ ਵਿੱਚ ਲੁੱਟੀ ਜਾ ਰਹੀ ਹੈ ਹਮ ਤੋ ਇੱਕ ਆ ਰਾਮ ਕਹ ਛੂਟਿਆ ਉਸ ਮਾਲਕ ਦਾ ਨਾਮ ਰਾਮ ਉਹਨੂੰ ਜਦੋਂ ਯਾਦ ਕੀਤਾ ਉਹਦੇ ਨਾਲ ਸੁਰਤ ਨੂੰ ਜੋੜਨਾ ਕੀਤਾ ਮਨ ਨੂੰ ਜੋੜਨਾ ਕੀਤਾ ਫਿਰ ਇਹਨਾਂ ਸਾਰੇ ਜੰਜਾਲਾਂ ਤੋਂ ਇਹਨਾਂ ਬੰਧਨਾਂ ਤੋਂ ਛੁੱਟਣਾ ਕੀਤਾ ਹੈ ਇੱਕ ਆ ਰਾਮ ਦਸ਼ਰਤ ਦਾ ਬੇਟਾ ਦੂਸਰਾ ਆ ਰਾਮ ਘਟ ਘਟ ਮੇ ਲੇਟਾ ਤੀਸਰੇ ਆ ਰਾਮ ਕਾ ਸਕਲ पसारा ਚੌਥਾ ਆ ਰਾਮ ਸਭ ਸੇ ਪਿਆਰਾ ਚੌਥੇ ਕੋ ਸੋੜ ਪੰਜਵੇਂ ਕੋ ਧਾਇ ਕਹ ਕਬੀਰ ਸੋ ਹਮਾਰੇ ਆਇ ਜੀਨੇ ਉਸ ਰਾਮ ਨਾਮ ਦਾ ਆਸਰਾ ਲਿਆ ਨਾ ਹੋਂਨਾ ਦਾ ਫੇਰ ਜੀਵਨ ਇਹਨਾਂ ਜੰਜਾਲਾਂ ਤੋਂ ਮੁਕਤ ਹੋ ਜਾਂਦਾ ਹੈ ਬੰਧਨਾਂ ਤੋਂ ਛੁਟਣਾ ਕਰਦਾ ਹੈ ਫੇਰ ਉਹ ਮਨ ਦੇ ਮਗਰ ਨਹੀਂ ਲੱਗਣਾ ਚੱਲਣਾ ਕਰਦੇ ਉਨ੍ਹਾਂ ਦੀ ਆਵਸ਼ਤਾ ਫਿਰ ਕੀ ਬਣ ਜਾਂਦੀ ਹੈ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹਟਾਏ ਦੇਹੀ ਰੋਗ ਨਾ ਲੱਗੈ ਪੱਲੇ ਸਾਵਕਿਸ਼ਿ ਪਾਈ ਬੁਰਾ ਕਰਨ ਵਾਲਿਆਂ ਦਾ ਵੀ ਬੁਰਾ ਨਹੀਂ ਫਿਰ ਉਹ ਤਾਂ ਉਹਨਾਂ ਦਾ ਵੀ ਭਲਾ ਹੀ ਕਰਦੇ ਨੇ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਜਿਨ੍ਹਾਂ ਦਾ ਮਨ ਉਹਦੇ ਚਰਨਾਂ ਦੇ ਨਾਲ ਜੁੜ ਜਾਂਦਾ ਨਾ ਇਸ ਦੁਨੀਆ ਦੀ ਮਮਤਾ ਦੇ ਨਾਲੋਂ ਮੋਹ ਟੁੱਟ ਜਾਂਦਾ ਉਹਨਾਂ ਦੀ ਅਵਸਥਾ ਫਿਰ ਇਹ ਬਣ ਜਾਂਦੀ ਹੈ ਬੁਰਾ ਕਰਨ ਵਾਲੇ ਦਾ ਵੀ ਉਹ ਤਾਂ ਭਲਾ ਹੀ ਕਰਦੇ ਨੇ ਗੁੱਸਾ ਮਨ ਨਾ ਹੰਡਾਏ ਮਨ ਦੇ ਵਿੱਚ ਫਿਰ ਗੁੱਸਾ ਆਉਣਾ ਹੀ ਨਹੀਂ ਕਰਦਾ ਇਸ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਭਗਤ ਕਬੀਰ ਜੀ ਮਨ ਦੀ ਸਥਿਤੀ ਵਿਖਿਆਨ ਕਰ ਰਹੇ ਨੇ ਜਿਨ੍ਹਾਂ ਨੇ ਮਾਨੋ ਉਸ ਮਾਲਕ ਦੇ ਚਰਨਾਂ ਦੇ ਨਾਲ ਜੁੜਨਾ ਕੀਤਾ ਸੁਰਤ ਵਾਸ ਫਿਰ ਗੁਰੂ ਸਵਾਰਿਓ ਗੁੱਸਾ ਮਨ ਨਾ ਹੰਡਾਏ ਮਨ ਦੇ ਵਿੱਚ ਗੁੱਸਾ ਤੱਕ ਨਹੀਂ ਆਉਣਾ ਕਰਦਾ ਉਹ ਕਿਸੇ ਦਾ ਬੁਰਾ ਨਹੀਂ ਉਹ ਭਲਾ ਹੀ ਚਾਹੁੰਦੇ ਨੇ ਦੇਹੀ ਰੋਗ ਨਾ ਲੱਗਾ ਹੀ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਰੋਗ ਨਹੀਂ ਲੱਗਦਾ ਪੱਲੇ ਸਭ ਕਿਛ ਪਾਈ ਫਿਰ ਸਾਰਾ ਕੁਸ ਉਸ ਮਾਲਕ ਦੇ ਦਰਕਰ ਤੋਂ ਆਪਣੇ ਪੱਲੇ ਦੇ ਵਿੱਚ ਆਪਣੇ ਜੀਵਨ ਦੇ ਵਿੱਚ ਪਾਉਣਾ ਕਰਦੇ ਨੇ ਏਡਾ ਪਿੰਗਲਾ ਸੁਖਮਨ ਬੰਦੇ ਇਹ ਆਵਕਰਣ ਕਤ ਜਾਹੀ ਇਹੜਾ ਸੱਜੀ ਨਾੜ ਪਿੰਗਲਾ ਖੱਬੀ ਨਾੜ ਸੁਖਮਨ ਇਹਨਾਂ ਦੇ ਵਿਚਕਾਰ ਚੱਲਣ ਵਾਲੀ ਨਾੜ ਜਿਹੜੇ ਜੋਗੀ ਨੇ ਉਹ ਆਪਣੇ ਸਵਾਸ ਇਸ ਨਾੜ ਦੇ ਨਾਲ ਉੱਪਰ ਝੜਾ ਲੈਂਦੇ ਨੇ ਔਰ ਜਿਨ੍ਹਾਂ ਦਾ ਮਾਨ ਉਸ ਮਾਲਕ ਦੇ ਚਰਨਾਂ ਦੇ ਨਾਲ ਜੁੜ ਗਿਆ ਨਾ ਇਹ ਆਵਗਣਕਤ ਜਾਹੀ ਉਹਨਾਂ ਨੂੰ ਫਿਰ ਆਪਣੇ ਸਵਾਸ ਇਹਨਾਂ 나ੜਾਂ ਦੇ ਰਾਹੀਂ ਉੱਪਰ ਚਲੋ ਚੜਾਉਣ ਦੀ ਲੋੜ ਨਹੀਂ ਪੈਂਦੀ ਇਹੜਾ ਪਿੰਗਲਾ ਸੁਖਮਨ ਬੰਧ ਹੈ ਇਹ ਆਵਗਣਕਤ ਜਾਹੀ ਕਿਉਂਕਿ ਉਹਨਾਂ ਦਾ ਧਿਆਨ ਉਹਨਾਂ ਦੀ ਸੁਰਤ ਉਸ ਮਾਲਕ ਦੇ ਚਰਨਾਂ ਦੇ ਨਾਲ ਜੁੜੀ ਹੁੰਦੀ ਹੈ ਇਹਨਾਂ ਝਮੇਲਿਆਂ ਦੇ ਵਿੱਚ ਉਹ ਨਹੀਂ ਪੈਣਾ ਕਰਦੇ ਤਾਗਾ ਟੂਟਾ ਗगन ਵਿੰਸ ਗਿਆ ਤੇਰਾ ਬੋਲ ਤ ਕਹਾ ਸਮਾਈ ਇਹ ਮੋਹ ਦਾ ਤਾਗਾ ਫਿਰ ਦੁਨੀਆ ਨਾਲੋਂ ਟੁੱਟ ਜਾਂਦਾ ਹੈ ਜਿਹੜੀ ਮੈਂ ਮੇਰੀ ਦੇ ਵਿੱਚ ਰਹਿਣਾ ਕਰਦਾ ਹੈ ਉਹ ਖਤਮ ਹੋ ਜਾਂਦੀ ਹੈ ਗगन ਬਿੰਸ ਗਿਆ ਫੇਰੇ ਮੋਹ ਦਾ ਸਾਰਾ ਪਸਾਰਾ ਬਿੰਸ ਜਾਂਦਾ ਦੂਰ ਹੋ ਜਾਂਦਾ ਹੈ ਤੇਰਾ ਬੋਲ ਤ ਕਹਾਂ ਸਮਾਈ ਜੀ ਦੇ ਅੰਦਰ ਇਹ ਸਥਿਤੀ ਪੈਦਾ ਹੋ ਜਾਂਦੀ ਹੈ ਮਾਨ ਉਸ ਮਾਲਕ ਦੇ ਚਰਨਾਂ ਦੇ ਨਾਲ ਜੋੜ ਲੈਂਦੇ ਨੇ ਉਹਦੇ ਬਣਨਾ ਕਰਦੇ ਨੇ ਮੋਹ ਮਾਇਆ ਦਾ ਤਾਗਾ ਆਪਣੇ ਆਪ ਟੁੱਟ ਜਾਂਦਾ ਹੈ ਤਾਗਾ ਟੁੱਟਾ ਗगन ਬਿਨਸ ਗਿਆ ਇਹ ਸਾਰਾ ਪਸਾਰਾ ਦੁਨੀਆ ਦੇ ਨਾਲੋਂ ਉਹਦਾ ਬਿਨਸ ਜਾਂਦਾ ਦੂਰ ਹੋਲ ਜਾਂਦਾ ਹੈ ਤੇਰਾ ਬੋਲ ਤਾਂ ਕਹਾਂ ਸਮਾਈ ਫੇਰੇ ਦੁਨੀਆ ਦੇ ਬੋਲ ਉਹ ਨਹੀਂ ਉਸ ਮਾਲਕ ਦੇ ਬੋਲਾਂ ਨੂੰ ਸਮਾਉਣਾ ਕਰਦਾ ਹੈ ਉਹਨਾਂ ਦੇ ਨਾਲ ਇਕਮਕ ਹੋਣਾ ਕਰਦਾ ਹੈ ਪੂਰਿਪੂਰਨ ਪਰਮਾਤਮਾ ਸਦਾ ਹੀ ਸਾਰਿਆਂ ਦਾ ਭਲਾ ਕਰਦਾ ਹੈ ਤੂੰ ਕਰੋ ਭਲਾ ਹਮ ਭਲੋ ਨਾ ਜਾਣੋ ਤੂੰ ਸਦਾ ਸਦਾ ਦਿਆਲਾ ਉਹ ਸਤਿਗੁਰੂ ਸਦਾ ਹੀ ਦਇਆਵਾਨ ਹੈ ਦਿਆਲੂ ਹੈ ਸਾਰੀ ਦੁਨੀਆ ਦਾ ਭਲਾ ਕਰਦਾ ਹੈ ਤੂੰ ਕਰੋ ਭਲਾ ਹਮ ਭਲੋ ਨਾ ਜਾਨ ਤੂੰ ਸਦਾ ਸਦਾ ਦਿਆਲਾ ਦਇਆਵਾਨ ਹੈ ਦਿਆਲੂ ਹੈ ਕਿਰਪਾਲੂ ਹੈ ਸਾਡੇ ਸਾਰੇ ਦੁਨਿਆਵੀ ਜੀਵਾਂ ਦੇ ਉੱਪਰ ਦਇਆ ਕਰਦਾ ਹੈ ਦਇਆ ਕਰਕੇ ਹੀ ਅਸੀਂ ਇਸ ਦੁਨੀਆ ਤੇ ਰਹਿ ਰਹੇ ਹਾਂ ਸਵਾਸ ਲੈ ਰਹੇ ਹਾਂ ਇਹ ਉਹਦੀ ਦਇਆ ਹੈ ਮਿੱਠੇ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ ਉਹ ਸਾਦਾ ਹੀ ਮਿੱਠੇ ਬੋਲ ਬੋਲਣਾ ਕਰਦਾ ਹੈ ਤੇਰਾ ਬੋਲ ਤਾਂ ਕਹਾਂ ਸਮਾਈ ਜਦੋਂ ਵੀ ਬੋਲ ਬੋਲਣਾ ਕਰੇਗਾ ਨਾ ਸਦਾ ਹੀ ਮਿੱਠੇ ਬੋਲ ਬੋਲਦਾ ਹੈ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ ਹਉ ਸੰਮਲ ਥਕੀ ਜੀ ਉਹ ਕਦੇ ਨਾ ਬੋਲੇ ਕੌੜਾ ਕਦੇ ਵੀ ਕੌੜੇ ਬੋਲ ਨਹੀਂ ਬੋਲਣਾ ਕਰਦਾ ਸਾਡੇ ਕਲ ਜੁਗੀ ਜੀਵਾਂ ਦਾ ਕੀ ਸੁਭਾ ਹੈ ਅਸੀਂ ਕੌੜੇ ਬੋਲ ਬੋਲਣਾ ਕਰਦੇ ਹਾਂ ਪਰ ਉਹ ਮਾਲਕ ਕੌੜਾ ਬੋਲ ਨ ਜਾਣ ਪੂਰਨ ਪਗਵਾਨ ਔਗਣ ਕੋ ਨਾ ਚਿਤਾਰੈ ਕੌੜੇ ਬੋਲ ਬੋਲਣਾ ਹੀ ਨਹੀਂ